ਅਮੋਨੀਆ ਗੈਸ ਲੀਕ ਹੋਣ ਕਾਰਨ ਹਫੜਾ ਦਫੜੀ ਮੱਚ ਗਈ। ਗੈਸ ਇੰਨੀ ਜ਼ਿਆਦਾ ਲੀਕ ਹੋਈ ਕਿ ਫਾਇਰ ਬ੍ਰਿਗੇਡ ਦੇ 4 ਮੁਲਾਜ਼ਮ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਇਹ ਅਮੋਨੀਆ ਗੈਸ ਇੱਕ ਕੋਲਡ ਸਟੋਰ ਦੇ ਵਿੱਚੋਂ ਲੀਕ ਹੋਈ ਜੋ ਰਾਜਪੁਰਾ ਦੇ ਵਿੱਚ ਸਥਿਤ ਹੈ। ਇਸ ਘਟਨਾ ਤੋਂ ਬਾਅਦ ਇਸਦੀ ਸਾਰੀ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਨੇ ਪ੍ਰਸ਼ਾਸਨ ਨੂੰ ਦਿੱਤੀ, ਜਿਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਰਾਜਪੁਰਾ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਗੈਸ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਫਾਇਰ ਬ੍ਰਿਗੇਡ ਦੇ 4 ਮੁਲਾਜ਼ਮ ਬੇਹੋਸ਼ ਹੋ ਗਏ। ਡਾਕਟਰਾਂ ਦੇ ਦੱਸਣ ਦੇ ਮੁਤਾਬਿਕ ਅਮੋਨੀਆ ਗੈਸ ਬੰਦੇ ਦੇ ਸਾਹ ਰੋਕਦੀ ਹੈ ਤੇ ਅੱਖਾਂ ਦੇ ਵਿੱਚ ਜਲਨ ਵੀ ਹੁੰਦੀ ਹੈ। ਇਸ ਘਟਨਾ ਤੋਂ ਬਾਅਦ ਪਟਿਆਲਾ ਦੇ ਡਿਪਟੀ ਕਮਿਸ਼ਨਰ ਰਾਜਪੁਰਾ ਤੇ SMO ਵਿਧੀ ਚੰਦ ਵੀ ਮੌਕੇ ਤੇ ਪਹੁੰਚੇ ਤੇ ਸਥਿਤੀ ਤੇ ਕਾਬੂ ਪਾਇਆ ਗਿਆ, ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ। ਸਰ, ਜਿਹੜੀ ਇਹ ਕੋਲਡ ਸਟੋਰ ਗੈਸ ਲੀਕ ਹੋਈ ਹੈ ਉਹਦੇ ਬਾਰੇ ਜਾਣਕਾਰੀ ਦਿਓ, ਕਿੰਨੇ ਕੁ ਮਤਲਬ ਕਿ ਮਰੀਜ਼ ਜਿਹੜੇ ਤੁਹਾਡੇ ਕੋਲ ਆਏ ਉੱਥੋਂ ਦੇ? ਅਜੇ ਤੱਕ ਸਾਡੇ ਕੋਲ 4 ਆਏ ਪੇਸ਼ੈਂਟ, ਉਹ ਫਾਇਰਮੈਨ ਸੀ ਸਾਰੇ। ਠੀਕ ਆ, ਸਟੇਬਲ ਆ, ਸਾਰੇ ਸਟੇਬਲ ਆ। ਇਲਾਜ ਚੱਲ ਰਿਹਾ ਉਹਨਾਂ ਦਾ? ਇਲਾਜ ਚੱਲ ਰਿਹਾ, ਸਿਸਟਮ ਸਟੇਬਲ ਆ। ਕੋਈ ਇਹ ਸਰ ਜੀ ਕਿਹੜੀ ਗੈਸ ਹੈਗੀ ਜਿਹੜੀ ਲੀਕ? ਅਮੋਨੀਆ ਗੈਸ ਦਾ। ਕੋਈ ਬੰਦੇ ਦੇ ਜਾਨ ਨੂੰ ਖਤਰਾ ਤਾਂ ਨਹੀਂ ਹੁੰਦਾ ਇਹਦੇ ਨਾਲ? ਜੀ, ਜਾਨ ਨੂੰ ਤਾਂ ਨਹੀਂ ਖਤਰਾ, ਜੇ ਬਹੁਤ ਜ਼ਿਆਦਾ ਹੋਏ ਫਿਰ ਤਾਂ ਹੁੰਦਾ, ਪਰ ਇੰਨਾ ਜ਼ਿਆਦਾ ਨਹੀਂ ਸੀ। ਹੁਣ ਜਿਹੜੇ ਫਾਇਰ ਅਫਸਰ ਸੀਗੇ ਇਹਨਾਂ ਦਾ ਇਲਾਜ ਚੱਲ ਰਿਹਾ ਸਰ? ਹਾਂਜੀ ਹਾਂਜੀ, ਇਲਾਜ ਚੱਲ ਰਿਹਾ। ਸਰ ਜੀ, ਜਿਹੜੀ ਅਮੋਨੀਆ ਗੈਸ ਹੋਈ ਸੀ ਕਿਹੜੇ ਕੋਲਡ ਸਟੋਰ ਦੇ ਵਿੱਚ ਹੋਈ ਸੀ ਉਹਦੇ ਬਾਰੇ ਜਾਣਕਾਰੀ ਦਿਓ। ਸ਼ਿਵਮ ਕੋਲਡ ਸਟੋਰੇਜ ਪਟਿਆਲਾ ਰੋਡ ਤੋਂ ਗੈਸ ਹੋਈ, ਉਹ ਕੰਟਰੋਲ ਕਰਨ ਲਈ ਸਾਡੀ ਟੀਮ ਰਵਾਨਾ ਹੋਈ ਸੀ। ਇਹਦੇ ਵਿੱਚ ਸਾਡੇ ਜਿਹੜੇ 4 ਬੰਦੇ ਨੇ ਉਹ ਵੈਸੇ ਕੰਟਰੋਲ ਕਰ ਲਏ ਸੀ, ਬਾਅਦ ਬੰਦ ਕਰਤਾ ਸੀ। ਬਾਅਦ ਦੇ ਵਿੱਚ ਲੇਬਰ ਵੱਲੋਂ ਜਦੋਂ ਠੀਕ ਕੀਤਾ ਗਿਆ ਤਾਂ ਅਚਾਨਕ ਗੈਸ ਨਹੀਂ ਕਰ ਗਿਆ, ਉਹਦੇ ਸਾਡੇ 4 ਬੰਦੇ ਮਰਨ ਹੋ ਗਏ। ਜਿਹੜਾ ਸਬਰ ਅਫਸਰ ਅਮਰਜੀਤ ਸਿੰਘ, ਲੇਡੀ ਫਾਇਰ ਮਦੇਵੜਾ, ਫਾਇਰਮੈਨ ਕਰਨ ਕੁਮਾਰ ਅਤੇ ਫਾਇਰਮੈਨ ਪੰਕਜ ਸ਼ਰਮਾ। ਕਿੱਥੇ ਇਲਾਜ ਚੱਲ ਰਿਹਾ ਇਹਨਾਂ ਦਾ? ਸਰ ਜੀ, ਗੈਸ ਕਿਉਂ ਲੀਕ ਹੋਈ ਆ? ਕੋਈ ਜਾਨੀ ਨੁਕਸਾਨ ਵਗੈਰਾ ਤਾਂ ਨਹੀਂ ਹੋਇਆ? ਮੈਂ ਅੱਜ ਰਾਜਪੁਰਾ 'ਚ ਕੰਪਲੇਨ ਕਰ ਰਿਹਾ ਸੀਗਾ ਜੀ, ਮੈਨੂੰ ਹੁਣੇ ਖਬਰ ਮਿਲੀ ਕਿ ਇੱਥੇ ਸ਼ਿਵਮ ਕੋਲਡ ਸਟੋਰ ਹੈ ਲਿਬਰਟੀ ਚੌਂਕ ਦੇ ਕੋਲ, ਕਿ ਉੱਥੇ ਗੈਸ ਲੀਕ ਹੋਈ ਆ ਔਰ ਬਹੁਤ ਸਟਰੋਂਗ ਗੈਸ ਹੈਗੀ ਆ। ਮੈਂ ਇਮੀਡੀਏਟਲੀ ਜਿਹੜੀ ਐਂਬੂਲੈਂਸ ਔਰ ਮੈਂ ਡਿਪਟੀ ਕਮਿਸ਼ਨਰ ਨੂੰ ਇਨਫੋਰਮ ਕਰਤਾ ਜੀ। ਅਸੀਂ ਜਿਹੜੇ ਸਪੈਸ਼ਲ ਫੋਰਸ ਹੁੰਦੀ ਆ, ਜਿਹਨਾਂ ਕੋਲ ਸਪੈਸ਼ਲ ਮਾਸਕ ਹੁੰਦੇ ਆ ਜੀ, ਜਿਹੜੇ ਕਿ ਤੁਸੀਂ ਜੇ ਗੈਸ ਲੀਕ ਕਰਦੀ ਆ ਤਾਂ ਅੰਦਰ ਜਾ ਸਕਦੇ ਆ, ਗੈਸ ਪਾਸ ਕਰਦੇ ਆ, ਉਹ ਪ੍ਰੋਟੈਕਟ ਕਰਦੇ ਆ, ਔਰ ਪ੍ਰੋਟੈਕਟਿਵ ਆਈ ਗੀਅਰ ਹੁੰਦਾ, ਉਹ ਅਸੀਂ ਸਪੈਸ਼ਲਾਈਜ਼ ਫੋਰਸ ਮੰਗਾ ਲਈ ਹੈ ਜੀ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕਿਸੇ ਨੇ ਵੀ ਸ਼ਿਵਮ ਕੋਲਡ ਸਟੋਰ ਦੇ ਅੰਦਰ ਨਹੀਂ ਜਾਣਾ, ਸਿਚੁਏਸ਼ਨ ਬਿਲਕੁਲ ਕੰਟਰੋਲ 'ਚ ਆ, ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈ। ਮੈਂ ਇੱਥੇ ਖੜ੍ਹਾ, ਮੈਂ ਸਾਰੀ ਸਿਚੁਏਸ਼ਨ ਮੋਨੀਟਰ ਕਰ ਰਿਹਾ, ਐਂਬੂਲੈਂਸਿਸ ਮੰਗਾ ਲਈਆਂ ਜੀ ਮੈਂ ਸਾਰੀਆਂ, ਹੋਸਪਿਟਲ ਸਾਡਾ ਰਾਜਪੁਰੇ ਦਾ ਵੀ ਔਰ ਪਟਿਆਲੇ ਦਾ ਵੀ ਸਟੈਂਡ ਬਾਈ ਹੈ, ਔਰ ਡਿਪਟੀ ਕਮਿਸ਼ਨਰ, SDM ਔਰ SSP, ਮੈਂ ਸਾਰਿਆਂ ਨੂੰ ਇਨਫੋਰਮ ਕਰਤਾ ਜੀ। ਸੋ ਸਾਰਿਆਂ ਨੂੰ ਬੇਨਤੀ ਆ ਕਿ ਜਿਹੜਾ ਸ਼ਿਵਮ ਕੋਲਡ ਸਟੋਰ ਹੈ ਇਹਦੀ ਜਿਹੜੀ ਬਾਉਂਡਰੀ ਵਾਲ ਆ, ਜਿਹਦੀ ਟੈਰੀਟਰੀ ਆਸ ਪਾਸ, ਇਹਦੇ ਤਕਰੀਬਨ 500 ਮੀਟਰ ਦੇ ਅੰਦਰ ਨਹੀਂ ਜਾਣਾ ਕਿਸੇ ਨੇ ਵੀ 1-2 ਘੰਟੇ ਵਾਸਤੇ। ਅਸੀਂ 1-2 ਘੰਟੇ ਵਿੱਚ ਸਾਰੀ ਜਿਹੜੀ ਸਿਚੁਏਸ਼ਨ ਹੈ ਉਹ ਕੰਟਰੋਲ ਕਰ ਲਾਂਗੇ। ਤੁਸੀਂ ਆਪਣੇ ਪ੍ਰਤੀਨਿਧੀ ਇਸ ਕਰਕੇ ਚੁਣ ਦਿਓ, ਤੁਸੀਂ ਆਰਾਮ ਨਾਲ ਚੈਨ ਨਾਲ ਆਪਣਾ ਕਰ ਕਰੋ, ਘਰ ਬੈਠੋ, ਆਪਣਾ ਖਾਣਾ ਪੀਣਾ ਖਾਓ, ਕਿਸੇ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਹੈ, ਇੱਥੇ ਬਿਲਕੁਲ ਨਹੀਂ ਆਉਣਾ ਕਿਸੇ ਨੇ। ਅਤੇ ਅਸੀਂ ਇਹ ਜਿਹੜੀ ਗੈਸ ਦੀ ਲੀਕੇਜ ਹੈ ਇਹਨੂੰ ਵੀ ਬੰਦ ਕਰ ਦਾਂਗੇ, ਔਰ ਜਿੰਨੇ ਬੰਦੇ ਅੰਦਰ ਸੀਗੇ ਉਹ ਸਾਰੇ ਅਸੀਂ ਰੈਸਕਿਊ ਕਰ ਲਏ ਆ, ਕੋਈ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੋਣ ਦਿਆਂਗੇ ਜੀ। ਸੋ ਸਾਰਿਆਂ ਨੂੰ ਬੇਨਤੀ ਹੈ ਜੀ, ਕੋਆਪਰੇਟ ਕਰਨਾ, ਬਿਲਕੁਲ ਕੋਈ ਪੈਨਿਕ ਨਹੀਂ ਕਰਨਾ, ਅਫਵਾਹ 'ਤੇ ਯਕੀਨ ਨਹੀਂ ਕਰਨਾ, ਅਤੇ ਬਿਲਕੁਲ ਸਿਚੁਏਸ਼ਨ ਅੰਡਰ ਕੰਟਰੋਲ ਆ।